ਸ਼ਹਿਰ ਦੀਆਂ ਗੈਰ ਸਰਕਾਰੀ ਸੰਸਥਾਵਾਂ ਉਮੰਗ ਵੈਲਫੇਅਰ ਫਾਊਂਡੇਸ਼ਨ, ਪਲਾਂਟ ਐਂਡ ਡੋਰ ਅਤੇ ਵਣ ਮੰਡਲ ਵਿਸਥਾਰ ਨੇ ਰੁੱਖ ਲਗਾਓ ਵਾਤਾਵਰਨ ਬਚਾਓ ਮਿਸ਼ਨ ਦੇ ਅਧੀਨ ਜੈਮਸ ਸਕੂਲ ਦੇ ਬੱਚਿਆਂ ਨਾਲ ਮਿਲ ਕੇ ਪੌਦੇ ਲਗਾਏ। ਇਸ ਮੌਕੇ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਹਰਮਨ ਨਿਰਮਾਣ ਅਤੇ ਪਲਾਂਟ ਐਂਡ ਡੋਰ ਦੇ ਮੁਖੀ ਕਮਰਜੀਤ ਸੇਖੋ ਨੇ ਸਾਂਝੇ ਤੌਰ ਤੇ ਬੱਚਿਆਂ ਨੂੰ ਪੌਦੇ ਲਗਾਉਣ ਦਾ ਢੰਗ ਅਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਤਾਵਰਨ ਵਿੱਚ ਵੱਧ ਰਹੇ ਗੰਧਲੇ ਧੂੰਏ ਕਾਰਨ ਬਿਮਾਰੀਆਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ, ਜਿਸ ਦੀ ਰੋਕਥਾਮ ਲਈ ਰੁੱਖਾਂ ਦਾ ਜ਼ਿਆਦਾ ਮਾਤਰਾ ਵਿੱਚ ਲਗਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪਨੀਰੀ ਉਸਦੀ ਛਾਂ ਦਾ ਆਨੰਦ ਮਾਣ ਸਕੇ। ਸਕੂਲ ਦੇ ਪ੍ਰਿੰਸੀਪਲ ਡਾਕਟਰ ਮੰਜਰੀ ਤੇਜਪਾਲ ਨੇ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿਨ ਪ੍ਰਤੀ ਦਿਨ ਜਿਵੇਂ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ ਉਸਦਾ ਸਿੱਧਾ ਅਸਰ ਵਾਤਾਵਰਨ ਤੇ ਵੀ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਵੱਧ ਤੋਂ ਵੱਧ ਸੰਖਿਆ ਵਿੱਚ ਰੁੱਖ ਲਗਾਵਾਂਗੇ ਅਤੇ ਪਾਲਣ ਪੋਸ਼ਣ ਕਰਾਂਗੇ ਤਾਂ ਮਾਨਵ ਜਗਤ, ਪਸ਼ੂ ਜਗਤ ਅਤੇ ਸੰਪੂਰਨ ਸਮਾਜ ਚੰਗੀ ਜ਼ਿੰਦਗੀ ਬਤੀਤ ਕਰ ਸਕਦੇ ਨੇ। ਮੇਰਾ ਨਾਮ ਡਾਕਟਰ ਮੰਜਰੀ ਤੇਜਪਾਲ ਹੈ, ਮੈਂ ਪ੍ਰਿੰਸੀਪਲ ਹੂੰ ਜੈਮਸ ਪਬਲਿਕ ਸਕੂਲ ਕੀ। ਹਮਨੇ ਉਮੰਗ ਫਾਊਂਡੇਸ਼ਨ ਜੋ ਇੱਕ ਐਨ ਜੀ ਓ ਹੈ ਔਰ ਫੋਰੈਸਟ ਡਿਪਾਰਟਮੈਂਟ ਕੇ ਸਾਥ ਮਿਲਕਰ ਬੱਚੋਂ ਕੋ ਸ਼ਿਕਸ਼ਾ ਦੇਣੇ ਕੇ ਲੀਏ ਆਜ ਸਕੂਲ ਮੇਂ ਪਲਾਂਟੇਸ਼ਨ ਡਰਾਈਵ ਕੀ। ਜੋ ਹਮਾਰੇ ਚੀਫ ਮਿਨਿਸਟਰ ਕੀ ਤੰਦਰੁਸਤ ਪੰਜਾਬ ਕੀ ਮੁਹਿੰਮ ਚੱਲ ਰਹੀ ਹੈ ਉਸਕੇ ਅੰਡਰ ਹੀ ਹਮਨੇ ਯੇ ਸਾਰਾ ਕੀਆ ਹੈ ਤਾਂ ਕਿ ਬੱਚਾ ਇੱਕ ਪਲਾਂਟ ਅਡੋਪਟ ਕਰੇ, ਉਸਕੀ ਦੇਖਭਾਲ ਕਰੇ ਔਰ ਆਗੇ ਜਾਕਰ ਉਸੀ ਤਰੀਕੇ ਸੇ ਸੈਂਸੀਟਾਈਜ਼ ਹੋਕਰ ਆਪਣੇ ਘਰ ਮੇਂ ਵੀ ਇਹ ਕਾਮ ਕਰੇ। ਯੇ ਸਕੂਲ ਮੇਂ ਗ੍ਰੀਨਰੀ ਔਰ ਸਾਥ ਹੀ ਘਰ ਮੇਂ ਗ੍ਰੀਨਰੀ, ਵਨ ਮੈਨ ਵਨ ਟ੍ਰੀ, ਯੇ ਸਲੋਗਨ ਹਮਨੇ ਸਾਥ ਮੇਂ ਰੱਖਾ ਹੈ ਔਰ ਇਸ ਚੀਜ਼ ਸੇ ਬੱਚੋਂ ਕੋ ਵੀ ਬਹੁਤ ਅੱਛਾ ਲਗਾ ਹੈ ਐਂਡ ਆਈ ਐਮ ਸ਼ੋਰ ਦੇ ਆਰ ਗੋਇੰਗ ਟੂ ਫੋਲੋ ਐਂਡ ਟੇਕ ਕੇਅਰ ਆਫ ਦੇਅਰ। ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਜੋ ਸ਼ੁਰੂ ਕੀਤਾ ਗਿਆ ਉਸ ਦੇ ਵਿੱਚ ਘਰ ਘਰ ਹਰਿਆਲੀ ਇੱਕ ਪ੍ਰੋਜੈਕਟ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਦਾ, ਉਹਦੇ ਵਿੱਚ ਇਹ ਚੀਜ਼ ਹੈ ਵੀ ਹਰੇਕ ਘਰ ਦੇ ਵਿੱਚ ਇੱਕ ਇੱਕ ਪਲਾਂਟਸ ਹਰੇਕ ਬੰਦਾ ਆਪਣਾ ਇੱਕ ਬੂਟਾ ਜ਼ਰੂਰ ਲਗਾਵੇ। ਅਸੀਂ ਸ਼ੁਰੂ ਕਰਦੇ ਹਾਂ ਵੀ ਬੱਚਿਆਂ ਤੋਂ ਕਰੀਏ ਤਾਂ ਕਿ ਬੱਚਿਆਂ ਤੋਂ ਇੱਕ ਉਹਨਾਂ ਦੇ ਵਿੱਚ ਇੰਸਪੀਰੇਸ਼ਨ ਹੋਵੇ, ਉਹਨਾਂ ਦੇ ਵਿੱਚ ਇੱਕ ਮੋਟੀਵੇਸ਼ਨ ਹੋਵੇ ਤਾਂ ਕਿ ਉਹ ਅੱਗੇ ਤੋਂ ਜਿਹੜੇ ਪਲਾਂਟਸ ਲੱਗਦੇ ਨੇ ਉਹਨਾਂ ਨੂੰ ਅਡੋਪਟ ਕਰਨ, ਅਡੋਪਟ ਕਰਕੇ ਅਤੇ ਉਹਨਾਂ ਨੂੰ ਅੱਗੇ ਸਾਂਭਣ। ਅਤੇ ਮੈਂ ਤਾਂ ਇਹੀ ਚੀਜ਼ ਕਹਿੰਦਾ ਹੁੰਦਾ ਵੀ ਜਦੋਂ ਵੀ ਕਿਸੇ ਸਕੂਲ ਦੇ ਵਿੱਚ ਜਾਂਦਾ ਤਾਂ ਹਰੇਕ ਬੱਚਾ ਜਿਹੜਾ ਹੈਗਾ ਆਪਣੇ ਇੱਕ ਪਲਾਂਟ ਲਗਾ ਕੇ ਅਤੇ ਉਹਨੂੰ ਅਡੋਪਟ ਕਰੇ, ਅਡੋਪਟ ਕਰਕੇ ਉਸ ਤੋਂ ਬਾਅਦ ਉਹ ਨੈਕਸਟ ਜਿਹੜਾ ਨਵਾਂ ਬੱਚਾ ਹੁੰਦਾ ਉਸ ਬੱਚੇ ਨੂੰ ਇਹ ਪਲਾਂਟ ਦੇਵੇ ਤਾਂ ਕਿ ਅਡੋਪਸ਼ਨ ਦੀ ਜਿਹੜੀ ਇੱਕ ਚੀਜ਼ ਹੈ ਉਹ ਇੱਕ ਰਵਾਇਤ ਬਣੀ ਰਹੇ ਅਤੇ ਇੱਕ ਚੇਨ ਬਣੀ ਰਹੂ। ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ ਵਣ ਵਿਭਾਗ ਪੰਜਾਬ ਤੰਦਰੁਸਤ ਪੰਜਾਬ ਮਿਸ਼ਨ ਦੇ ਅਧੀਨ ਅੱਜ ਸਾਡੇ ਜੰਗਲਾਤ ਵਿਭਾਗ ਅਤੇ ਉਮੰਗ ਫਾਊਂਡੇਸ਼ਨ ਦੇ ਨਾਲ ਨਾਲ ਪਲਾਂਟ ਟੂ ਡੋਰ ਐਨ ਜੀ ਓ ਦੇ ਸਾਂਝੇ ਉੱਦਮ ਦੇ ਨਾਲ ਇੱਥੇ ਬੂਟੇ ਲਗਾਉਣ ਦਾ ਜਿਹੜਾ ਕਾਰਜ ਆਰੰਭਿਆ ਗਿਆ ਬਹੁਤ ਹੀ ਅੱਛਾ ਉਪਰਾਲਾ ਹੈ ਇਹ, ਕਿਉਂਕਿ ਅੱਜ ਕੱਲ੍ਹ ਜੋ ਹੈ ਇਹ ਚਮਾਸਾ ਚੱਲ ਰਿਹਾ। ਇਹਨਾਂ ਦਿਨਾਂ ਦੇ ਵਿੱਚ ਜਿਹੜੇ ਇਹ ਜੁਲਾਈ ਅਗਸਤ ਸਤੰਬਰ ਤੱਕ ਜੋ ਮਹੀਨੇ ਚੱਲ ਰਹੇ ਨੇ ਇਹਨਾਂ ਵਿੱਚ ਬੂਟਾ ਬਹੁਤ ਛੇਤੀ ਸਰਵਾਈਵ ਕਰਦਾ। ਅੱਜ ਕੱਲ੍ਹ ਜਿਵੇਂ ਸਿਆਣੇ ਹੱਸਦੇ ਸੀਗੇ ਬਈ ਅੰਬ ਚੁੱਪੋ ਉਹਦੀ ਗੁਠਲੀ ਦੱਬ ਦਿਉ, ਜਾਮਣਾ ਖਾਓ ਉਹਦਾ ਬੀਜ ਜਿਹੜਾ ਤੁਸੀਂ ਦੱਬ ਦਿਉ ਤਾਂ ਉਹ ਬੂਟਾ ਚੱਲ ਪਏਗਾ। ਸੋ ਬਹੁਤ ਅੱਛਾ ਉਪਰਾਲਾ ਮੈਡਮ ਪ੍ਰਿੰਸੀਪਲ ਸਾਹਿਬਾਂ ਨੇ ਜਿਹੜਾ ਇੱਕ ਇੱਕ ਬੱਚੇ ਦਾ ਨਾਮ ਲੈ ਕੇ ਉਹਨਾਂ ਤੋਂ ਜਿਹੜੇ ਬੂਟੇ ਇੱਥੇ ਲਗਵਾਏ ਆ ਔਰ ਬੱਚਿਆਂ ਨੂੰ ਇਹ ਦੱਸਿਆ ਗਿਆ ਉਹਨਾਂ ਦੀ ਮਹੱਤਤਾ ਬਾਰੇ ਵੀ, ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਇਸ ਦੀ, ਜਿੰਨੀ ਸ਼ਲਾਘਾ ਸਾਡੇ ਵਣ ਵਿਭਾਗ ਦੀ
ਔਰ ਇਹਨਾਂ ਐਨ ਜੀ ਓਜ਼ ਦੀ ਕੀਤੀ ਜਾਵੇ ਉਹ ਬਹੁਤ ਘੱਟ ਹੈਗੀ ਹੈ। ਪ੍ਰਭਾਤ, ਮੇਰਾ ਨਾਮ ਯਸ਼ਦੀਪ ਕੌਰ ਹੈ, ਮੈਂ 8ਵੀਂ ਕਕਸ਼ਾ ਕੀ ਛਾਤਰ ਹੂੰ। ਅੱਜ ਹਮਾਰੇ ਸਕੂਲ ਮੇਂ ਵਿਕਸ਼ਾ ਰੋਪਣ ਹੁਆ, ਜਿਸ ਮੇਂ ਵਿਭਿੰਨ ਬੱਚੋਂ ਨੇ ਭਾਗ ਲਿਆ। ਵਿਕਸ਼ਾ ਰੋਪਣ ਕਾ ਅਰਥ ਹੈ ਕਿ ਆਪਣੇ ਭਵਿਸ਼ਯ ਕੋ ਬਚਾਨਾ ਔਰ ਧਰਤੀ ਪਰ ਪੇੜ ਲਗਾਨਾ। ਧੰਨਵਾਦ। ਗੁਡ ਮਾਰਨਿੰਗ, ਮਾਈ ਨੇਮ ਇਜ਼ ਜੰਕਾਰ, ਆਈ ਸਟੱਡੀ ਇਨ ਜੈਮਸ ਪਬਲਿਕ ਸਕੂਲ। ਟੁਡੇ ਵੀ ਹੈਡ ਅ ਪਲਾਂਟੇਸ਼ਨ ਡਰਾਈਵ ਇਨ ਆਰ ਸਕੂਲ ਇਨ ਵਿੱਚ ਐਵਰੀ ਸਟੂਡੈਂਟ ਪਾਰਟੀਸਿਪੇਟਡ ਐਂਡ ਪਲਾਂਟਡ ਅ ਸੈਪਲਿੰਗ ਐਂਡ ਵੀ ਟੁੱਕ ਓਥ ਦੈਟ ਵਿਲ ਪਲਾਂਟ ਅ ਟ੍ਰੀ ਐਂਡ ਸੇਵ ਆਰ ਅਰਥ। ਸਕੂਲ ਵਿੱਚ ਪੌਦੇ ਲਗਾਉਣ ਲਈ ਵਿਦਿਆਰਥੀਆਂ ਵੱਲੋਂ ਲਿਆਏ ਗਏ ਗਮਲਿਆਂ ਵਿੱਚ ਕਈ ਮੈਡੀਸੀਨਲ ਬੂਟੇ ਵੀ ਲਗਾਏ ਗਏ। ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਲਈ ਸਕੂਲ ਦੇ ਸਟਾਫ ਨੇ ਪੂਰੀ ਜ਼ਿੰਮੇਵਾਰੀ ਲਈ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਮੰਜਰੀ ਤੇਜਪਾਲ ਨੇ ਆਏ ਹੋਏ ਮੁੱਖ ਮਹਿਮਾਨ ਅਮਰਜੀਤ ਸਿੰਘ ਘੁੰਮਣ, ਐਸ ਪੀ ਟ੍ਰੈਫਿਕ, ਕਰਨੈਲ ਸਿੰਘ ਟ੍ਰੈਫਿਕ ਇੰਚਾਰਜ, ਜੁਗਰਾਜ ਸਿੰਘ ਰਾਠੌਰ ਫੋਰੈਸਟ ਆਫਿਸਰ, ਭਗਵਾਨ ਦਾਸ ਗੁਪਤਾ ਦੋਸਤ ਸੰਸਥਾ ਦਾ ਸਵਾਗਤ ਕੀਤਾ। ਆਏ ਹੋਏ ਸਾਰੇ ਮਹਿਮਾਨਾਂ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਮੰਜਰੀ ਤੇਜਪਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪਟਿਆਲਾ ਤੋਂ ਅਰਵਿੰਦਰ ਸਿੰਘ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।